ਬਾਬਾ ਸਾਹਿਬ ਇਸ ਆਡੀਓ ਕਲਿੱਪ ਦੇ ਵਿੱਚ ਜਿੰਨਾ ਮੈਂ ਸੁਣਿਆ ਉਹਦੇ ਵਿੱਚ ਇਹ ਵੀ ਗੱਲ ਆਂਦੀ ਹੈ ਕੁਲਵੰਤ ਸਿੰਘ ਹੋਰਾਂ ਦੀ ਵੀ ਗੱਲ ਆਂਦੀ ਹੈ ਕਿ ਜਿਹੜੀ ਖਰੀਦੋ ਫਰੋਖਤ ਕਰ ਰਹੇ ਆ ਨਾ ਤਾਂ ਦਿੱਲੀੋਂ ਪੈਸਾ ਉਹ ਆ ਰਿਹਾ ਨਾ ਅਰਵਿੰਦ ਕੇਜਰੀਵਾਲ ਸਾਹਿਬ ਦੇ ਰਹੇ ਨੇ ਜਾਂ ਕੋਈ ਹੋਰ ਉਹ ਕੁਲਵੰਤ ਸਿੰਘ ਸਪਾਂਸਰਡ ਕਰ ਰਿਹਾ ਉਹਦੇ ਵੱਲੋਂ ਇਹ ਸਾਰਾ ਪੈਸਾ ਦਿੱਤਾ ਜਾਣਾ ਇਹਦੇ ਬਾਰੇ ਕੀ ਗੱਲ ਹੁੰਦੀ ਹੈ ਡਿਟੇਲ 'ਚ ਦੇਖੋ ਜੀ ਇਹਦੇ ਬਾਰੇ ਗੱਲ ਉਹ ਤੁਹਾਡੀ ਪਾਰਟੀ ਦੇ ਸੀ ਕੁਲਵੰਤ ਸਿੰਘ ਜਦੋਂ ਤੁਹਾਡੀ ਪਾਰਟੀ ਨੂੰ ਛੱਡ ਗਏ ਬਿਲਕੁਲ ਬਿਲਕੁਲ ਇਹ ਸਾਫ ਉਹਦੇ 'ਚ ਸੀ ਮੈਂ ਥੋੜ੍ਹਾ ਜਿਹਾ ਪਹਿਲਾਂ ਕੁਲਵੰਤ ਸਿੰਘ ਜੀ ਗੱਲ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਪਹਿਲਾਂ ਇੱਕ ਗੱਲ ਹੋਰ ਤੇ ਚਾਨਣ ਪਾਉਣਾ ਚਾਹੁੰਦਾ ਜੀ ਜਦੋਂ ਇਹਨਾਂ ਨੇ ਮੋਹਾਲੀ ਇਲੈਕਸ਼ਨ ਹੋਏ ਨਾ MC ਇਲੈਕਸ਼ਨ ਹੋਏ ਜਦੋਂ ਇਹ ਕੁਲਵੰਤ ਸਿੰਘ ਜੀ ਨੇ ਅਲੱਗ ਗਰੁੱਪ ਬਣਾ ਕੇ ਇਲੈਕਸ਼ਨ ਲੜਿਆ ਤਾਂ ਇਹਨਾਂ ਨੇ ਮੋਹਾਲੀ ਇਹਨਾਂ ਦੀ ਜਿਹੜੀ ਸਟ੍ਰੈਟਜੀ ਸੀ ਇਹ ਤਾਂ ਦੀ ਚੱਲ ਰਹੀ ਸੀ ਇਹਨਾਂ ਨੇ ਉਦੋਂ ਤੋਂ ਮੈਨੂੰ ਵੀ ਅਪਰੋਚ ਕੀਤਾ ਕਿ ਤੁਸੀਂ ਅਕਾਲੀ ਦਲ ਦੀ ਸੀਟ ਤੋਂ MC ਇਲੈਕਸ਼ਨ ਨਾ ਲੜੋ ਆਮ ਆਦਮੀ ਤੋਂ ਲੜੋ ਸੇਮ ਮੈਡਮ ਇਹ ਸਾਡੇ ਘਰੇ ਆਏ ਸੀ ਸਾਨੂੰ ਕਹਿ ਕੇ ਗਏ ਸੀ ਕਿ ਤੁਹਾਨੂੰ ਤੁਹਾਡੀ ਮਦਰ ਦੋਨਾਂ ਨੂੰ ਟਿਕਟ ਦਿੰਦੇ ਹਾਂ ਅਤੇ ਤੁਸੀਂ ਇਲੈਕਸ਼ਨ ਲੜੋ ਇਹ ਇਹਨਾਂ ਦੀ ਸੈਟਲਮੈਂਟ ਕਰਨ ਦੇ ਮੇਰੇ ਖਿਆਲ ਨਾਲ ਮੈਡਮ ਇਜ਼ ਦਾ ਵਨ ਜਿਹੜੇ ਸੈਟਲਮੈਂਟ ਕਰ ਰਹੇ ਹੈ ਸਾਰੇ ਠੀਕ ਹੈ ਅਤੇ ਉਦੋਂ ਅਸੀਂ ਡਿਫਿਊਜ਼ ਕਰਤਾ ਫਿਰ ਪੈਸਿਆਂ ਦੀ ਔਫਰ ਦਿੱਤੀ ਗਈ ਜਮੀਰ ਜੀ ਜੀਂਦਾ ਸੀ ਮੇਰਾ ਤਾਂ ਕਰਕੇ ਪੈਸਿਆਂ ਦੀ ਔਫਰ ਵੀ ਅਸੀਂ ਐਕਸੈਪਟ ਨਹੀਂ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਚੰਡੀਗੜ੍ਹ ਵਾਲਾ ਕੰਮ ਸ਼ੁਰੂ ਹੋਇਆ ਇਹ ਗੱਲਾਂ ਤਾਂ ਦੀਆਂ ਜਦੋਂ ਕੁਲਵੰਤ ਸਿੰਘ ਜੀ ਨੇ ਆਮ ਆਦਮੀ ਪਾਰਟੀ ਜੁਆਇਨ ਕਰਨੀ ਸੀ ਔਰ ਉਹਨਾਂ ਦਿਨਾਂ ਵਿੱਚ ਹੀ ਚੰਡੀਗੜ੍ਹ ਦਾ ਮੇਅਰ ਦਾ ਚੁਣਾਵ ਹੋਣਾ ਸੀ ਕਿਉਂਕਿ ਰਿਜ਼ਲਟ ਆ ਗਿਆ ਸੀ ਔਰ ਮੇਅਰ ਬਣਨਾ ਸੀ ਖਰੀਦ ਫਰੋਖਤ ਚੱਲ ਰਹੀ ਸੀ ਇਹਨਾਂ ਨੇ ਕੁਲਵੰਤ ਸਿੰਘ ਜੀ ਨੂੰ ਮੋਰਾ ਬਣਾਇਆ ਅੱਗੇ ਕਰਕੇ ਕੁਲਵੰਤ ਸਿੰਘ ਨੂੰ ਇਹਨਾਂ ਨੇ ਇਹ ਕਹਿਤਾ ਕਿ ਵੀ ਇੰਨੇ ਇੰਨੇ ਪੈਸੇ ਲੱਗਣਗੇ ਉਹਦੇ 'ਚ ਆਡੀਓ 'ਚ ਦੱਸਿਆ ਮੈਂ ਮੈਡਮ ਨੂੰ ਪੁੱਛਿਆ ਮੈਂ ਕਿਹਾ ਮੈਡਮ ਇਹ ਕਿੰਨੇ ਕੁ ਪੈਸੇ ਲਵਾ ਲੈਣਗੇ ਕੁਲਵੰਤ ਤੋਂ ਮੈਡਮ ਦੀ ਆਪਣੀ ਵਰਡਿੰਗ ਹੈ ਕਿ ਜਿਹੜੇ ਚੰਡੀਗੜ੍ਹ ਦੇ MCਾਂ ਦੀ ਖਰੀਦ ਫਰੋਖ ਹੈ ਨਾ ਇਸੇ ਤੋਂ ਕਰਾਉਣੀ ਹੈ ਸਾਰਾ ਪੈਸਾ ਮੈਂ ਕਿਹਾ ਫਿਰ ਵੀ ਕਿੰਨਾ ਕੁ 20 ਕਰੋੜ ਰੁਪਏ ਲਵਾ ਦੇਣਗੇ ਕਹਿੰਦੇ ਹਾਂ ਹਾਂ ਆਰਾਮ ਨਾਲ ਮਤਲਬ 20 ਕਰੋੜ ਨੂੰ ਸਮਝਦੇ ਕੱਖ ਨੇ ਫਿਰ ਗੱਲ ਕਰਦੇ ਆਮ ਆਦਮੀ ਦੀ ਇਹ ਕਿਹੜਾ ਆਮ ਹੈ ਜੀ ਇਹ ਖਾਸਾਂ 'ਚੋਂ ਵੀ ਖਾਸ ਹੈ ਇਹ ਦੂਜੀ ਗੱਲ ਮੈਂ ਮੈਡਮ ਨੂੰ ਕਹਿੰਦਾ ਮੈਡਮ 2 ਕਰੋੜ ਰੁਪਇਆ ਮੰਗ ਲਿਆ ਅਗਰ ਉਹਨੇ ਮੈਂ ਤਾਂ ਦੇਖੋ ਮੈਂ ਅੱਗੇ ਗੱਲ ਨਹੀਂ ਸੀ ਕਰਨੀ ਮੇਰੀ ਪਹਿਲਾਂ ਸਟ੍ਰੈਟਜੀ ਬਿਲਕੁਲ ਕਲੀਅਰ ਸੀ ਮੈਂ ਗੱਲ ਨਹੀਂ ਕਰਨੀ ਇਹ ਤਾਂ ਸਿਰਫ ਮੈਂ ਇਹਨਾਂ ਦੀ ਉਹ ਚੈੱਕ ਕਰ ਰਿਹਾ ਸੀ ਕਿ ਮੈਂ ਵੀਰ ਨੂੰ ਦੱਸਣ ਜੋਗਾ ਹੋ ਜਾਊਂਗਾ ਕਿਉਂਕਿ ਭਾਅ ਜੀ ਆਮ ਆਦਮੀ ਬਹੁਤ ਕਰਦੇ ਸੀ ਮੈਂ ਸਟ੍ਰੈਟਜੀ ਮੇਰੀ ਇਹ ਸੀ ਕਿ ਵੀ ਇਹਨਾਂ ਦੀ ਰਿਕਾਰਡਿੰਗ ਕਰਕੇ ਇਹਨਾਂ ਨੂੰ ਸੁਣਾਊਂਗਾ ਪਰ ਉਹਨਾਂ 'ਚ ਤਾਂ ਇਹਨਾਂ ਨੇ ਸਾਰੇ ਆਮ ਕਹਿ ਰਹੇ ਮੈਂ ਕਹਿੰਦੀ ਮੈਡਮ ਜੀ 2 ਕਰੋੜ ਰੁਪਏ ਮੰਗ ਲਿਆ ਫਿਰ ਕਹਿੰਦੀ ਜੀ 2 ਕਰੋੜ ਰੁਪਏ ਮੰਗਿਆ ਤੁਸੀਂ ਕਿਉਂ ਪਰਵਾਹ ਕਰਦੇ ਹੋ ਕਹਿੰਦੀ ਦੇਣਗੇ ਵੱਧ ਦੇਣਗੇ 10 ਲੱਖ ਰੁਪਏ ਮੈਂ ਕਿਹਾ ਜਿਹੜਾ ਬੰਦਾ ਇੰਨਾ ਪੈਸਾ ਆਮ ਆਦਮੀ ਪਾਰਟੀ ਕੋਲ ਕਿੱਥੋਂ ਆਇਆ ਫਿਰ ਇਹ ਕੁਲਵੰਤ ਸਿੰਘ ਕਰਕੇ ਦੇ ਰਹੇ ਹੈ ਜਿਵੇਂ ਹੁਣ 20 ਕਰੋੜ ਰੁਪਏ ਲਾਉਣਾ 5-4 ਕਰੋੜ ਰੁਪਏ ਅਗਰ MCਾਂ ਪਰ ਲਾ ਵੀ ਦਿੰਦੇ ਚੰਡੀਗੜ੍ਹ ਵਾਲਿਆਂ ਪਰ 5-4 ਕਰੋੜ ਰੁਪਏ ਜਿਹੜੇ ਲੋਕਲ ਮੋਹਾਲੀ ਦੇ MC ਸੀ ਉਹਨਾਂ ਨੂੰ ਖਰੀਦਣ ਵੇਚਣ 'ਚ ਕੰਮ ਕਰ ਦਿੰਦੇ ਅਤੇ ਬਾਕੀ 10 ਕਰੋੜ ਰੁਪਏ ਤਾਂ ਕੇਜਰੀਵਾਲ ਦੀ ਜੇਬ 'ਚ ਜਾਣਾ ਸੀ 10 ਕਰੋੜ ਰੁਪਇਆ ਕੇਜਰੀਵਾਲ ਸਾਹਿਬ ਜਦੋਂ ਨੌਕਰੀ 'ਚ ਸੀ ਨਾ ਤਾਂ 10 ਕਰੋੜ ਰੁਪਇਆ ਇਕੱਠਾ ਕਰਨ 'ਚ ਉਹਨਾਂ ਦੀ ਜ਼ਿੰਦਗੀ ਨਿਕਲ ਜਾਣੀ ਸੀ ਹੁਣ 10 ਕਰੋੜ ਰੁਪਇਆ ਇੱਕ ਕੈਂਡੀਡੇਟ ਤੋਂ ਲੈ ਰਹੇ ਹੈ ਉਹ ਵੀ 1 ਕਰੋੜ ਰੁਪਏ MC ਦੀਆਂ ਚੋਣਾਂ ਦੇ ਵਿੱਚ MC ਦੀ ਚੋਣਾਂ 'ਚ ਦੂਜੀ ਗੱਲ ਆਪਾਂ ਨੂੰ ਇਹ ਗੱਲ ਸਮਝਣੀ ਪਏਗੀ ਕਿ ਜਿਹੜਾ ਮੋਹਾਲੀ ਦਾ ਕੈਂਡੀਡੇਟ ਹੈ ਨਾ ਸਰਦਾਰ ਕੁਲਵੰਤ ਸਿੰਘ ਇਹਨਾਂ ਮੋਹਾਲੀ 'ਚੋਂ ਜਿੰਨੇ MC ਇਲੈਕਸ਼ਨ ਜਿੱਤੇ ਹੋਏ ਹੈ ਜਿੰਨੇ MC ਦੇ ਕੈਂਡੀਡੇਟ ਸੀ ਜਿੱਤੇ ਹੋਏ ਹੈ ਜਿਹੜੇ ਮੋਤਵਾਰ ਬੰਦੇ ਹੈ ਉਹਨਾਂ ਨੂੰ ਸਾਰਿਆਂ ਨੂੰ ਇਹ ਆਡੀਓ ਨਾਲ ਤਾਂ 110% ਸ਼ੋਰ ਹੋ ਗਿਆ ਕਿ ਇਹਨਾਂ ਨੇ ਹਰੇਕ ਨਾਲ ਖਰੀਦੋ ਫਰੋਖਤੀ ਕੀਤੀ ਹੈ ਇਹਨਾਂ ਦੀ ਪਾਲਿਸੀਜ਼ ਨਾਲ ਕੋਈ ਐਗਰੀ ਨਹੀਂ ਕਰ ਰਿਹਾ ਆਮ ਆਦਮੀ ਦੀ ਪਾਲਿਸੀਜ਼ ਨਾਲ ਕੋਈ ਐਗਰੀ ਨਹੀਂ ਹੈ ਆਮ ਆਦਮੀ ਦੀ ਜਿਹੜੀ ਵਿਚਾਰਧਾਰਾ ਉਹਦੇ ਨਾਲ ਕੋਈ ਐਗਰੀ ਨਹੀਂ ਹੈ ਸਿਰਫ ਔਰ ਸਿਰਫ ਪੈਸੇ ਨਾਲ ਐਗਰੀ ਹੈ ਬਾਬਾ ਸਾਹਿਬ ਸੋਰਸਿਜ਼ ਨਾਲ ਐਗਰੀ ਤੁਹਾਨੂੰ ਲੱਗਦਾ ਕਿ ਇੰਨਾ ਵੱਡਾ ਖੁਲਾਸਾ ਤੁਸੀਂ ਕੀਤਾ ਹੈ ਜਿਹੜੀ ਆਡੀਓ ਰਿਲੀਜ਼ ਕੀਤੀਆਂ ਇਹ ਤੋਂ ਬਾਅਦ ਕੋਈ ਐਕਸ਼ਨ ਹੋਊਗਾ ਆਮ ਆਦਮੀ ਪਾਰਟੀ ਕੋਈ ਐਕਸ਼ਨ ਲਏਗੀ ਦੇਖੋ ਜੀ ਇਹ ਬਹੁਤ ਅੱਛਾ ਇਹ ਵੀ ਤਾਂ ਹੋ ਸਕਦਾ ਕਿ ਆਮ ਆਦਮੀ ਪਾਰਟੀ ਕੇ ਸਾਨੂੰ ਤਾਂ ਪਤਾ ਹੀ ਨਹੀਂ ਅਮਰਦੀਪ ਕੌਰ ਆਪਣੇ ਤੌਰ ਤੇ ਕਰੀ ਜਾਂਦੀ ਹੈ ਸਾਨੂੰ ਕੀ ਪਤਾ ਬਿਲਕੁਲ ਬਿਲਕੁਲ ਜੇ ਤਾਂ ਦੇਖੋ ਜ਼ਮੀਰ ਜਾਗਦੀ ਹੋਈ ਭਗਵੰਤ ਮਾਨ ਸਾਹਿਬ ਦੀ ਜਿਹੜੇ ਇੱਕ ਬਹੁਤ ਪੁਰਾਣੀ ਕਹਾਵਤ ਹੈ ਕਿ ਬਿੱਲੇ ਨੂੰ ਦੇਖ ਕੇ ਨਾ ਕਬੂਤਰ ਅੱਖਾਂ ਬੰਦ ਕਰ ਲਏ ਕਰਦਾ ਉਹਨੂੰ ਲੱਗਦਾ ਬਿੱਲਾ ਚਲੇ ਜਾਏਗਾ ਉਹ ਹੁੰਦਾ ਨਹੀਂ ਭਗਵੰਤ ਮਾਨ ਸਾਹਿਬ ਸਿਰਫ ਔਰ ਸਿਰਫ ਆਪਣੀ ਸਿਆਸਤ ਨੂੰ ਦੇਖ ਕੇ ਆਪਣੀ CM ਦੀ ਕੁਰਸੀ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠੇ ਹੈ ਪੂਰੇ ਪੰਜਾਬ ਦੀ ਬੇਬਦਗੀ ਹੋ ਰਹੀ ਹੈ ਸਾਡੀਆਂ ਧੀਆਂ ਭੈਣਾਂ ਦੀ ਬੇਬਦਗੀ ਹੋ ਰਹੀ ਹੈ ਬਾਹਰੋਂ ਆਪਾਂ ਇੱਕ ਆਪਾਂ 3 ਗੱਲਾਂ ਦੀ ਗੱਲ ਕਰਦੇ ਸੀ ਖੁਦ ਮੁਖਤਿਆਰੀ ਬਾਹਰੋਂ ਜਿਹੜੇ ਲੋਕ ਆਉਂਦੇ ਆ ਖੁਦ ਮੁਖਤਿਆਰੀ ਤਾਂ ਉਹਨੂੰ ਕਹਿੰਦੇ ਸੀ ਆਪਾਂ ਪੈਸੇ ਦੀ ਔਰ ਧੀਆਂ ਭੈਣਾਂ ਦੀ ਬੇਅਬਰੂ ਦੀ ਇਹ ਤਿੰਨੇ ਇਸ ਆਡੀਓ 'ਚ ਹੈ ਉਹ ਆਪੇ ਦੱਸ ਰਹੇ ਹੈ ਕਿ ਜਿਹੜੇ ਇੱਥੇ ਕਨਵੀਨਰ ਲਾਇਆ ਹੋਇਆ ਸੀ ਇੰਚਾਰਜ ਲਾਇਆ ਹੋਇਆ ਸੀ ਕਨਵੀਨਰ ਲਾਇਆ ਹੋਇਆ ਸੀ ਉਹ ਤੁਹਾਡੇ ਨੂੰ ਮਿਲਾ ਕੇ ਗਏ ਸੀ ਨਾ ਉਹ ਬੰਦਾ ਕੌਣ ਸੀ ਜਿਹੜਾ ਰਾਜਸਥਾਨ ਤੋਂ ਦਿੱਲੀ ਤੋਂ ਆ ਕੇ ਇੱਥੇ ਲਾਇਆ ਹੋਇਆ ਸੀ ਕਿਉਂ ਪੰਜਾਬ 'ਚ ਕੈਪੇਬਲ ਕੈਂਡੀਡੇਟਸ ਨਹੀਂ ਹੈ ਲੋਕ ਨਹੀਂ ਹੈ ਦੂਜੀ ਗੱਲ ਪੈਸੇ ਦਾ ਐਡਾ ਬੜਾ ਦਰਿਆ ਵਗ ਰਿਹਾ ਇਸ ਆਡੀਓ 'ਚ 20-50 ਕਰੋੜ ਰੁਪਏ ਦਾ ਦਰਿਆ ਵਗਾਤਾ ਇਹ ਕਿਉਂ ਮਤਲਬ ਕਿ ਪੈਸੇ ਅਗਰ ਉਹੀ ਪੈਸਾ ਕੁਲਵੰਤ ਸਿੰਘ ਜੀ ਜਿਹੜੇ ਆਪਣੇ ਸੈਕਟਰ ਕੱਟੇ ਹੋਏ ਉੱਥੇ ਦੇ ਲੋਕਾਂ ਨੂੰ ਉਹ ਦੇ ਦਿੰਦੇ ਏਰੀਏ ਦੇ ਲੋਕਾਂ ਨੂੰ ਉਹ ਦੇ ਦਿੰਦੇ ਕੇਜਰੀਵਾਲ ਨੂੰ ਦੇਖ ਕੇ ਕੀ ਹੋ ਜੂਗਾ ਟਿਕਟ ਮਿਲ ਜਾਏਗੀ ਪਰ ਇਹੀ ਜਿਹੜਾ 20-50 ਕਰੋੜ ਰੁਪਇਆ ਇਹ ਆਪਣੇ ਏਰੀਏ 'ਚ ਲਾ ਦਿੰਦੇ ਇੱਕ ਗੱਲ ਹੋਰ ਬਾਬਾ ਸਾਹਿਬ ਮੈਨੂੰ ਤਾਂ ਲੱਗਦਾ ਪੈਸੇ ਨਾਲੋਂ ਵੀ ਜਿਹੜਾ ਗੰਭੀਰ ਵਿਸ਼ਾ ਹੈਗਾ
वह इवें का विषय हैगा जी गल इन्होंने बोली है ये पंजाब वास्ते भी बड़ी सोचने वाली जरूरत हैगी है कि उन्हां फीमेल्स नूं टिकट दित्ती जांदी है जिन्हां नूं एक्सप्लॉयट किया जा सकता है। ये है इस ऑडियो दे विच तीसरा पॉइंट यही सी कि साडियां धीआं भैणां दी बेअदबी इस ऑडियो सरेआम लिखिया होया है। मैं मैडम नूं पुछना कि मैडम जिहड़े अनमोल गगन मान नूं टिकट दित्ती गई है इज शी अ कैपेबल कैंडीडेट, की उह कैपेबल कैंडीडेट है? मैडम अगों जवाब दिंदे आ ਕਹਿੰਦੇ ਇਹੋ ਜਿਹੀਆਂ ਜਨਾਨੀਆਂ ਨੂੰ ਵੀ ਟਿਕਟ ਦੇ ਇਹੋ ਜਿਹੀਆਂ ਕੁੜੀਆਂ ਨੂੰ ਵੀ ਦੇਣੀਆਂ ਟਿਕਟ ਦੇਣੀਆਂ ਪੈਸਾ ਪੈਂਦੀਆਂ ਨਾ ਜਿਹੜੀਆਂ ਇਹੋ ਜਿਹੇ ਕੰਮ ਵੀ ਕਰ ਸਕਣ। ਮੈਂ ਕਿਹਾ ਇਹੋ ਜਿਹੇ, ਮੈਂ ਤਾਂ ਵੀ ਉਸ ਟਾਈਮ ਤੱਕ ਮੇਰੇ ਦਿਮਾਗ 'ਚ ਇਹ ਸੀ ਸ਼ਾਇਦ ਪੈਸਿਆਂ ਦੀ ਗੱਲ ਕਰਨ, ਪਰ ਬਾਅਦ 'ਚੋਂ ਕਹਿੰਦੇ ਅਸੀਂ ਤਾਂ ਬੁੱਢੀਆਂ ਹੋ ਗਈਆਂ ਨਾ, ਐਸੇ ਕੰਮ ਵਾਸਤੇ ਵੀ ਤਾਂ ਕੁਛ ਰੱਖਣਾ। ਮਤਲਬ ਕਿ ਸਾਡੀਆਂ ਧੀਆਂ ਭੈਣਾਂ ਇਸ ਕੰਮ ਵਾਸਤੇ ਆ, ਸਾਡੀਆਂ ਧੀਆਂ ਭੈਣਾਂ ਇਸ ਇਹ ਸੋਚ ਹੈ ਦਿੱਲੀ ਵਾਲਿਆਂ ਦੀ ਸਾਡੀਆਂ ਧੀਆਂ ਭੈਣਾਂ ਬਾਰੇ? ਮੈਨੂੰ ਉਸ ਚੀਜ਼ ਸੋਚ ਕੇ ਬੜੀ ਸ਼ਰਮਿੰਦਗੀ ਹੋਈ ਔਰ ਬੜੀ ਹੈਰਾਨਗੀ ਹੋਈ। ਅੱਜ ਪ੍ਰੈਸ ਕਾਨਫਰੰਸ 'ਚ ਵੀ ਮੇਰੇ ਤੋਂ ਇਹ ਚੀਜ਼ਾਂ ਬੋਲੀਆਂ, ਬਾਰ ਬਾਰ ਪੁੱਛ ਰਹੀ ਸੀ ਕਿ ਕੀ ਬੋਲੇਗੀ, ਮਤਲਬ ਕਿ ਮੂੰਹ ਆਪਣੇ ਨਹੀਂ ਨਿਕਲਦਾ, ਆਪਣਾ ਹਜੇ ਜ਼ਮੀਰ ਜਾਗਦਾ ਜਾਂ ਆਪਣੀ ਹਜੇ ਤਾਂ ਇੰਨੀ ਮਤਲਬ ਅਸੀਂ ਬੇਗੈਰਤ ਨਹੀਂ ਹੋਏ ਕਿ ਕਿਸੇ ਦੀ ਧੀ ਭੈਣ ਆਪਣੀ ਧੀ ਭੈਣ ਬਾਰੇ ਕੋਈ ਗੱਲ ਕਰ ਸਕੀ। ਤੁਸੀਂ ਆਡੀਓ ਜਦੋਂ ਤੁਸੀਂ ਅੱਜ ਲੀਕ ਕੀਤੀ ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਅਮਰਦੀਪ ਕੌਰ ਨਾਲ ਐਡਵੋਕੇਟ? ਮੈਂ ਪੀਸੀ 'ਚ ਪ੍ਰੈਸ ਕਾਨਫਰੰਸ 'ਚ ਬੈਠਾ ਸੀ ਅਤੇ ਮੇਰੇ ਖਿਆਲ ਸੀ ਕਿਸੇ ਪੀ ਟੀ ਸੀ 'ਤੇ ਉਹ ਲਾਈਵ ਚੱਲ ਰਹੀ ਸੀ ਅਤੇ ਉਹਨਾਂ ਨੇ ਉਹ ਲਾਈਵ ਦੇਖ ਲਈ ਸੀ ਅਤੇ ਮੈਨੂੰ ਉਹਨਾਂ ਦਾ ਫੋਨ ਆਇਆ, ਮੈਂ ਪੀ ਸੀ 'ਚ ਬੈਠਾ ਮਤਲਬ ਚੱਲ ਰਹੀ ਸੀ, ਮੈਂ ਉੱਥੇ ਔਨ ਕਰਕੇ ਉਹਦੇ ਅੱਗੇ ਕਰਤਾ, ਕਹਿੰਦੀ ਤੂੰ ਆਡੀਓ ਵਾਇਰਲ ਕਰਤੀ ਤੁਸੀਂ? ਮੈਂ ਕਿਹਾ ਹਾਂਜੀ। ਕਿਉਂ? ਮੈਂ ਕਿਹਾ ਤੁਹਾਡੀ ਆਡੀਓ ਮੈਂ ਵਾਇਰਲ ਕੀਤੀ ਆ ਤਾਂ ਕਿ ਹੋ ਗਿਆ? ਨਾਲ ਦੀ ਨਾਲ ਫੋਨ ਕੱਟ ਕੇ ਉਸ ਤੋਂ ਬਾਅਦ ਉਹਨਾਂ ਨੇ ਫੋਨ ਨਹੀਂ ਚੱਕਿਆ। ਇਹ ਹਾਲ ਹੈ ਸਰ। ਮਤਲਬ ਇਸ ਤੋਂ ਇਲਾਵਾ ਇੱਕ ਗੱਲ ਆਪਾਂ ਨੂੰ ਸਾਹਿਬ ਇਹ ਵੀ ਤਾਂ ਕਿਹਾ ਜਾ ਸਕਦਾ, ਉਹ ਕਹਿ ਦੇਣਗੇ ਕਿ ਆਡੀਓ ਮੇਰੀ ਹੈ ਹੀ ਨਹੀਂ, ਇਹ ਤਾਂ ਫੇਕ ਆਡੀਓ ਆ। ਇਹ ਜਿਹੀਆਂ ਗੱਲਾਂ ਕਰਨੀਆਂ ਬੜੀ ਸੌਖੀਆਂ ਹੋ ਜਾਂਦੀਆਂ ਨੇ, ਇਹ ਤਾਂ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਇਸ ਆਡੀਓ ਨਾਲ। ਫੇਕ ਆਡੀਓ 'ਚ ਆਪਣਾ ਅਹੁਦਾ ਵੀ ਮੰਨ ਰਹੇ ਹਾਂ, ਆਪਣਾ ਨਾਮ ਵੀ ਮੰਨ ਰਹੇ ਹਾਂ, ਸਾਰਾ ਕੁਛ ਮੰਨ ਰਹੇ ਹਾਂ। ਅਤੇ ਜਿਹੜੀ ਗੱਲ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕਹੀ ਵਿੱਚ ਵੀ, ਕੱਲ੍ਹ ਨੂੰ ਕੇਜਰੀਵਾਲ ਸਾਹਿਬ ਇਹ ਕਹਿ ਸਕਦੇ ਵੀ ਅਮਰਦੀਪ ਕੌਰ ਆਪਣੇ ਸਾਡਾ ਕੋਈ ਲੈਣਾ, ਇਹ ਜਿਹੀਆਂ ਕਈ ਰਿਕਾਰਡਿੰਗਾਂ ਮੈਂ ਮਾਨ ਸਾਹਿਬ ਦੇ ਸਾਹਮਣੇ ਵੀ ਪੇਸ਼ ਕੀਤੀਆਂ ਸੀ। ਜਦੋਂ ਮੈਂ ਪਹਿਲੀ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਸ ਦਿਨ ਮਾਨ ਸਾਹਿਬ ਮੇਰੇ ਘਰ ਆ ਕੇ ਗਏ ਸੀ, ਮੈਂ ਉਹਨਾਂ ਨੂੰ ਕਲੀਅਰ ਲਫਜ਼ਾਂ 'ਚ ਮੇਰੇ ਕੋਲ ਸ਼ਾਇਦ ਰਿਕਾਰਡਿੰਗ ਵੀ ਹੋਊਗੀ ਫੋਨ 'ਤੇ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਕੁਲਵੰਤ ਸਿੰਘ ਓਪਨਲੀ ਕਹਿੰਦਾ ਫਿਰਦਾ ਹੈ ਮੈਂ 10 ਕਰੋੜ 'ਚ ਕੇਜਰੀਵਾਲ ਦੀ ਟੋਪੀ ਵੀ ਖਰੀਦ ਲਈ, ਓਪਨਲੀ ਕਹਿੰਦਾ ਫਿਰਦਾ। ਅਤੇ ਮੈਂ ਕਿਹਾ ਤੁਸੀਂ ਇਹ ਕੰਮ ਨਾ ਕਰੋ, ਤੁਹਾਡੇ ਪੰਜਾਬ 'ਚ ਕਿਸੇ ਨੇ ਤੁਹਾਨੂੰ ਅੰਦਰ ਨਹੀਂ ਵੜਨ ਦੇਣਾ। ਪਰ ਉਦੋਂ ਵੀ ਕੋਈ ਰਿਪਲਾਈ ਨਹੀਂ, ਕੇਜਰੀਵਾਲ ਸਾਹਿਬ ਦੇ ਆਹਮਣੇ ਸਾਹਮਣੇ ਬੈਠ ਕੇ ਮੈਂ ਕਾਫੀ ਰਿਕਾਰਡਿੰਗਾਂ ਉਹਨਾਂ ਨੂੰ ਸੁਣਾ ਕੇ ਆਇਆ ਵੀ ਆਹ ਕੁਛ ਹੋ ਰਿਹਾ ਤੁਹਾਡੇ ਪੰਜਾਬ 'ਚ, ਠੀਕ ਹੈ? ਇਸ 'ਚ ਕਿਸੇ ਇੱਕ 5-star ਹੋਟਲ ਦਾ ਵੀ ਬੜਾ ਜ਼ਿਕਰ ਹੋ ਰਿਹਾ ਹੈ, ਜਿਹਦੀ ਹਜੇ ਅਸੀਂ ਡਿਟੇਲ 'ਚ ਹਜੇ ਅੱਗੇ ਜਾਣਾ ਨਹੀਂ ਚਾਹੁੰਦੇ, ਤੱਥ ਲੈ ਆਈਏ ਥੋੜ੍ਹੇ ਜਿਹੇ, ਉਹਦੀ ਡਿਟੇਲ ਅਸੀਂ ਘਟਾ ਵੀ ਰਹੇ ਹਾਂ, ਉਹਦਾ ਜ਼ਿਕਰ ਹੋ ਰਿਹਾ ਹੈ ਅਤੇ ਉਹਦੀ ਇੱਕ ਵਾਰੀ ਸਾਰੀ ਰਿਕਾਰਡਿੰਗਸ ਵਗੈਰਾ ਜਦੋਂ ਸਾਡੇ ਕੋਲ ਆ ਗਈਆਂ ਫਿਰ ਅਸੀਂ ਉਹਦੀ ਵੀ ਗੱਲ ਕਰਾਂਗੇ। ਪਰ ਜਿਸ ਲੈਵਲ 'ਤੇ, ਜਿਸ ਦਰਿੰਦਗੀ ਅਤੇ ਗੰਦਗੀ ਦੇ ਲੈਵਲ 'ਤੇ ਆ ਗਏ ਨਾ, ਇਹ ਉਮੀਦ ਨਹੀਂ ਸੀ। ਮੇਰੇ ਵਰਗੇ ਕਈ ਨੌਜਵਾਨ ਮੁੰਡੇ ਇਹਨਾਂ ਦੇ ਮਗਰ ਲੱਗੇ ਸੀ, ਉਹਨਾਂ ਨੂੰ ਇਹ ਵਹਿਮ ਸੀ ਵੀ ਭਾਈ ਇਹ ਸਾਨੂੰ ਪਤਾ ਨਹੀਂ ਕੀ ਰੰਗਲਾ ਪੰਜਾਬ ਦਾ ਸੁਪਨਾ ਦਿਖਾਉਂਦਾ ਸੀ ਕੀ ਕੁਛ। ਅਤੇ ਮੇਰੇ ਵਰਗਿਆਂ ਨੇ ਕਈਆਂ ਨੇ ਫਸਲਾਂ ਇੱਕ ਪਿਕਚਰ ਬਣਾਈ ਸੀ, ਇੱਕ ਟ੍ਰੇਲਰ ਬਣਾਇਆ ਸੀ, ਹਲਕੇ 'ਚ ਆਪਣਾ ਨਾਮ ਬਣਾਇਆ ਸੀ, ਉਹਨਾਂ ਨੂੰ ਸਾਰਿਆਂ ਦਾ ਉਹਨਾਂ ਦਾ ਨਾਮ ਬਣਾਇਆ ਕਾਰਪੋਰੇਟ ਹਾਊਸਿਸ ਨੂੰ ਵੇਚਿਆ ਇਹਨਾਂ ਨੇ, ਵੇਚ ਕੇ ਉਹਨਾਂ ਤੋਂ ਪੈਸੇ ਲਿੱਤੇ, ਸਾਡੇ ਵਰਗੇ ਨੌਜਵਾਨਾਂ ਦੇ ਜੜ੍ਹਾਂ ਖਾੜਤੀਆਂ। ਐਕਸਪਲੋਇਟੇਸ਼ਨ ਦੇ ਜਿਹੜੇ ਇਲਜ਼ਾਮ ਲਗਾਤਾਰ ਲੱਗਦੇ ਰਹੇ ਪਿਛਲੇ ਇਲੈਕਸ਼ਨਸ ਦੇ ਵਿੱਚ ਵੀ ਲੱਗੇ ਜੀ, ਤੁਹਾਨੂੰ ਲੱਗਦਾ ਕਿ ਤਾਂ ਪੁਖਤਾ ਸਬੂਤ ਮਿਲ ਗਿਆ ਹੁਣ? ਆਹ ਦੇਖ ਲਓ, ਐਤਕੀ ਤੇ ਪਿਛਲੀ ਵਾਰ ਤੇ ਇਲਜ਼ਾਮ ਲੱਗਦੇ ਸੀ, ਐਤਕੀ ਤੇ ਇਹਨਾਂ ਦੇ ਆਪ ਦੇ ਸਟੇਟ ਦੇ ਵਾਈਸ ਪ੍ਰੈਜੀਡੈਂਟ ਹੁਣ, ਜਾਂ ਤੇ ਜੇ ਇਹ ਆਪਣੇ ਸਿਰ ਤੇ ਕਰ ਰਹੀ ਸੀ ਫਿਰ ਇਹਨੂੰ ਕੱਢ ਦਿੰਦੇ ਪਾਰਟੀ 'ਚੋਂ, ਫਿਰ ਪਾਰਟੀ 'ਚ ਕਿਉਂ ਰੱਖਿਆ ਸੀ? ਤੁਹਾਨੂੰ ਪਤਾ ਲੱਗ ਰਿਹਾ, ਮੈਂ ਵੀ ਸਬੂਤ ਦੇ ਚੁੱਕਿਆ, ਮੈਂ ਪਿਛਲੀ ਵਾਰ ਵੀ ਕਿਹਾ ਸੀ ਪ੍ਰੈਸ ਕਾਨਫਰੰਸ 'ਚ, ਮੈਂ ਸਬੂਤ ਦਿੱਤੇ ਕੇਜਰੀਵਾਲ ਸਾਹਿਬ ਨੂੰ ਵੀ ਆਹ ਕੁਛ ਤੁਹਾਡੀ ਪਾਰਟੀ 'ਚ ਹੋ ਰਿਹਾ, ਜੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਕਰ ਰਹੇ ਹੈ ਤਾਂ ਪਾਰਟੀ 'ਚੋਂ ਕੱਢ ਦਿੰਦੇ, ਕੱਢਿਆ ਕਿਉਂ ਨਹੀਂ? ਹਜੇ ਤੱਕ ਪਾਰਟੀ 'ਚ ਕਿਉਂ ਰੱਖਿਆ ਹੋਇਆ? ਕੁਲਵੰਤ ਸਿੰਘ ਵਾਸਤੇ ਉਹ ਕੰਪੇਨ ਕਰ ਰਹੀ, ਸਿਰਫ ਇੱਕੋ ਹੀ ਟੀਮ ਦੇ ਮੈਂਬਰ ਨੇ ਜਿਹੜੇ ਲੋਕਲ ਆਮ ਆਦਮੀ ਪਾਰਟੀ ਦੀ ਟੀਮ ਹੈ ਇਕੱਲੀ, ਉਹੀ ਉਹਨਾਂ ਦੇ ਨਾਲ ਚੱਲ ਰਹੀ, ਬਾਕੀ ਸਾਰੀ ਟੀਮ ਰਿਜ਼ਾਈਨ ਕਰ ਗਈ, ਸਾਰੀ ਟੀਮ ਆਮ ਆਦਮੀ ਦਾ ਦਾਮਨ ਛੱਡ ਕੇ ਚਲੇਗੀ, ਚਾਹੇ ਉਹ ਵਾਈਸ ਪ੍ਰਧਾਨ ਨੇ ਜ਼ਿਲ੍ਹੇ ਦੇ, ਚਾਹੇ ਉਹ ਜਨਰਲ ਸਕੱਤਰ, ਕੋਈ ਵੀ, ਸਾਰੇ ਛੱਡ ਕੇ ਚਲੇਗੀ। ਇਹਨਾਂ ਗੱਲਾਂ ਦਾ ਪੰਜਾਬ ਦੀ ਇਲੈਕਸ਼ਨ 'ਤੇ ਫਰਕ ਪਊਗਾ ਤੁਹਾਨੂੰ ਲੱਗਦਾ? ਬਿਲਕੁਲ, ਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ, ਅੱਜ ਤੱਕ ਲੋਕਾਂ ਨੂੰ ਸਿਰਫ ਇਹੀ ਗੱਲ ਸੀ ਵੀ ਟਿਕਟਾਂ ਦੀ ਖਰੀਦੋ ਫਰੋਖਤ ਕਰ ਰਹੇ ਹਾਂ, ਅੱਜ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਕਿਸ ਤਰੀਕੇ ਨਾਲ ਇਹਨਾਂ ਨੇ ਕੈਂਡੀਡੇਟਸ ਨੂੰ ਜਕੜ ਕੇ ਉੱਥੇ ਬਿਠਾਇਆ ਹੋਇਆ। ਉਸ 'ਚ ਉਹ ਕਲੀਅਰ ਕਹਿ ਰਹੇ ਹੈ ਵੀ ਉਹ ਲੇਡੀਜ਼ ਜੇ ਕਿਸੇ ਚੀਜ਼ ਨਾਲ ਸਹਿਮਤ ਨਹੀਂ ਹੁੰਦੀਆਂ, ਪਾਰਟੀ ਬੜੀ ਸਮਾਰਟ ਹੋ ਗਈ ਹੈ ਵੀ ਜੇ ਉਹ ਕਿਸੇ ਚੀਜ਼ ਨਾਲ ਸਹਿਮਤ ਨਹੀਂ ਹੁੰਦੀਆਂ ਉਹ ਬੋਲ ਨਹੀਂ ਸਕਦੀਆਂ, ਕਿਉਂਕਿ ਜਦੋਂ ਬੋਲਣ ਲੱਗਣਗੀਆਂ ਪਾਰਟੀ ਸਮਾਰਟ ਹੋ ਗਈ, ਉਹ ਵਿਖਾ ਦਿੰਦੀ ਅੱਗੇ ਵੀ ਆਹ ਦੇਖ ਲਓ ਸਿਸਟਮ ਤੁਹਾਡਾ,
ਸੋ ਆ ਤੁਸੀਂ ਦੇਖੋ ਕਿਹੜੇ ਨੈਕਸਟ ਮੈਂ ਇਸ ਸਾਰੇ ਸਿਸਟਮ 'ਚ ਤੁਸੀਂ ਮੇਨ ਗੱਲ ਨੂੰ ਸਮਝੋ ਅਸੀਂ ਮੰਗ ਵੀ ਕੀਤੀ ਅੱਜ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ ਸਟੇਟ ਗਵਰਨਮੈਂਟ ਤੋਂ ਵੀ ਮੰਗ ਕਰਦੇ ਵੀ ਇਹਦੀ CBI ਦੀ ਅਤੇ ED ਦੀ ਇਨਕੁਆਇਰੀ ਕਰਾਈ ਜਾਏ ਇਟਸ ਗੋਇੰਗ ਟੂ ਬੀ ਅ ਵੈਰੀ ਬਿਗ ਸਕੈਂਡਲ ਇਹ ਮਤਲਬ ਕਿਸ ਤਰੀਕੇ ਨਾਲ ਬਲੈਕਮੇਲਿੰਗ ਸਕੈਂਡਲ ਨਿਕਲੇਗਾ ਇਹ ਤੇ ਪੂਰੀ ਇਨਕੁਆਇਰੀ ਹੋਣ ਤੋਂ ਬਾਅਦ ਹੀ ਤੁਹਾਡੇ ਤੇ ਵੀ ਇਲਜ਼ਾਮ ਲਾਉਂਦੇ ਨੇ ਕਿ ਤੁਹਾਨੂੰ ਟਿਕਟ ਨਹੀਂ ਮਿਲੀ ਤੇ ਤਾਂ ਤੁਸੀਂ ਖਲਾਸੇ ਕਰਨ ਲੱਗ ਗਏ ਹੁਣ ਮੈਨੂੰ ਜੇ ਤੁਹਾਨੂੰ ਟਿਕਟ ਦਿੱਤੀ ਜਾਂਦੀ ਤਾਂ ਚੁੱਪ ਕਰਕੇ ਕਰ ਬੈਠ ਹੁਣ ਮੈਂ ਤੁਸੀਂ ਇਲੈਕਸ਼ਨ ਲੜਦੇ ਮੈਂ ਲਾਈਵ ਤੁਹਾਨੂੰ ਭਗਵੰਤ ਮਾਨ ਦੀ ਅੱਜ ਰਿਕਾਰਡਿੰਗ ਸੁਣਾ ਦਿੰਦਾ ਅਸੀਂ ਅੱਜ ਉੱਥੇ ਵੀ ਲਾਈਵ ਕੀਤੀ ਹੈ ਉਸ 'ਚ ਮੈਂ ਕਲੀਅਰ ਉਹਨੂੰ ਕਿਹਾ ਵੀ 10 ਕਰੋੜ ਰੁਪਏ 'ਚ ਸੌਦਾ ਹੋ ਗਿਆ ਤੇ ਮੈਂ ਫਿਰ ਉਹਨੂੰ ਕਹਿਣਾ ਵੀ ਭਾਈ 2 ਟਿਕਟਾਂ ਫਿਰੋਜ਼ਪੁਰ ਦਿਹਾਤੀ ਤੇ ਅਮਰਗੜ੍ਹ ਚੇਂਜ ਕਰ ਦਿਓ ਮੈਂ ਆਪਦੇ ਵਾਸਤੇ 1 ਰੁਪਈਏ ਦੀ ਚੀਜ਼ ਨਹੀਂ ਮੰਗਦਾ ਕਿਉਂਕਿ ਜੋ ਕੁਲਵੰਤ ਸਿੰਘ ਨੇ ਪਾਰਟੀ ਨੂੰ ਦਿੱਤਾ ਅਸੀਂ ਦੇ ਨਹੀਂ ਸਕਦੇ ਅਸੀਂ ਆਮ ਘਰਾਂ ਦੇ ਮੁੰਡੇ ਸੀ ਅਸੀਂ ਉਸ ਲੈਵਲ ਤੱਕ ਜਾ ਹੀ ਨਹੀਂ ਸਕਦੇ ਤੇ ਇਸ ਕਰਕੇ ਵੀ ਮੈਂ ਆਪਦੇ ਵਾਸਤੇ ਤੁਹਾਡੇ ਤੋਂ 1 ਰੁਪਏ ਦੀ ਚੀਜ਼ ਨਹੀਂ ਮੰਗਦਾ ਨਾ ਮੈਂ ਪਹਿਲਾਂ ਮੰਗੀ ਸੀ ਜੇ ਮੈਂ ਮੰਗਣੀ ਹੁੰਦੀ ਮੈਂ ਕੋਈ ਹੋਰ ਚੀਜ਼ ਮੰਗ ਲੈਂਦਾ ਮੈਨੂੰ ਤਾਂ ਕੈਬਨਿਟ ਰੈਂਕਾਂ ਤੱਕ ਦਿੰਦੇ ਰਹੇ ਆ ਕਹਿੰਦੇ ਸੀ ਵੀ ਕੈਬਨਿਟ ਰੈਂਕ ਦੇ ਦਾਂਗੇ ਚੁੱਪ ਕਰ ਜਾਓ ਅਸੀਂ ਤਾਂ ਨਹੀਂ ਮੰਨੇ ਕਿਉਂਕਿ ਪੰਜਾਬ ਵਾਸਤੇ ਆਏ ਸੀ ਪੰਜਾਬ ਦੀ ਬਦਲਾਵ ਵਾਸਤੇ ਆਏ ਸੀ ਸਾਨੂੰ ਜਿਹੜਾ ਇਹਨਾਂ ਨੇ ਸੁਪਨਾ ਵਿਖਾ ਕੇ ਮੇਰੇ ਵਰਗੇ ਕਈ ਨੌਜਵਾਨਾਂ ਨੂੰ ਬੇਵਕੂਫ ਬਣਾਇਆ ਸੀ ਤੇ ਜਦੋਂ ਉਹ ਚੀਜ਼ ਸਾਨੂੰ ਇਹਨਾਂ ਦੀ ਕਲੀਅਰ ਹੋ ਗਈ ਵੀ ਇਹ ਭਾਈ ਅਹਿਮਦ ਸ਼ਾਹ ਅਬਦਾਲੀ ਤੋਂ ਵੀ ਗਾਂਹ ਟੱਪ ਗਏ ਆ ਇਹ ਤੇ ਉਹ ਹਿਸਾਬ ਨਾਲ ਆਉਂਦੇ ਆ ਵੀ ਪੰਜਾਬੀਆਂ ਨੂੰ ਆਪਣੀ ਜੁੱਤੀ ਦੀ ਨੋਕ ਤੇ ਰੱਖਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ ਡਿਵਾਈਡ ਐਂਡ ਰੂਲ ਪਾਲਿਸੀ ਤੇ ਅਸੀਂ ਉਹ ਤੋਂ ਬਾਅਦ ਸੋਚ ਲਿਆ ਵੀ ਭਾਈ ਇਹਨਾਂ ਦਾ ਇਹਨਾਂ ਦੇ ਨਾਲ ਨਹੀਂ